के खड़ो तुसी कुछ कहना चाहोगे? हाँ जी भैन जी, यह जिहड़ी मातावां भैणां विधवावां ते नाल जिहड़े हैंडीकैप्ड अज बस च रैली चली जाण लगे सीगे ते तुहाडे ते गल आ रही है, ते कौन लोग सीगे जी, किन्हां ने इह किहा तुहानूं? इह तां सर मैनूं इक सर दा फोन आया सीगा, ਉਹ ਕਹਿੰਦੇ ਵੀ ਇੱਦਾਂ ਕਰਕੇ ਵੀ ਅਸੀਂ ਉਹਨਾਂ ਦੀ ਪੈਸੇ ਵੀ ਦੇਵਾਂਗੇ, ਵੀ ਉਹਨਾਂ ਦੀ ਸੌਦਾ ਵੀ ਦੇਵਾਂਗੇ, ਤੇ ਵੀ ਮੈਨੂੰ ਉਹਨਾਂ ਦੇ ਬਾਕੀ ਦਿਲ ਦਾ ਨਹੀਂ ਪਤਾ ਸੀ ਕੀ ਉਹਨਾਂ ਦੇ ਦਿਲ 'ਚ ਗੱਲਬਾਤ ਸੀ। ਵਿਧਵਾ ਦੇ ਬਾਰੇ ਆਉਂਦੇ ਸੀਗੇ ਵੀ ਅਸੀਂ ਉਹਨਾਂ ਵਿਧਵਾ ਵਾਸਤੇ ਤੇ ਅੰਗਹੀਣਿਆਂ ਵਾਸਤੇ ਕਿ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਾਂਗੇ। ਕਿੰਦਾ ਫੋਨ ਆਇਆ ਸੀਗਾ ਜੀ ਤੁਹਾਨੂੰ, ਕਿਹੜੇ ਸਰ ਦਾ? ਉਹਨਾਂ ਦਾ ਨਾਮ ਇੰਦਰਜੀਤ ਸਰ ਦਾ ਜੀ। ਇੰਦਰਜੀਤ, ਇਹ ਇੱਥੋਂ ਦੇ ਹੀ ਨੇ? ਇਹਨਾਂ ਨੂੰ ਮੈਨੂੰ ਪਤਾ ਹੀ ਹੈਗੇ ਕਿੱਥੋਂ ਨੇ। ਅੱਛਾ, भारतीय जनता पार्टी मुरदाबाद मुरदाबाद हो रही है, ते एहे की कारण बने है एहे? ਵੀਰ ਜੀ, ਸਾਨੂੰ ਕੱਲ ਆਵਾਜ਼ ਆਈ ਸੀ ਗੁਰਦੁਆਰੇ। ਠੀਕ ਹੈ ਜੀ। ਤੇ ਸਾਨੂੰ ਕਹਿੰਦੇ ਵੀ ਨਾਂ ਲਿਖਾ ਜਾਓ, ਤੇ ਅਸੀਂ ਵੀ ਉੱਥੇ ਚੰਡੀਗੜ੍ਹ ਲੈ ਜਾਵਾਂਗੇ ਬੀਬੀਆਂ ਨੂੰ, ਤੇ ਵੀ ਰਾਸ਼ਣ ਦਵਾਵਾਂਗੇ, ਤੇ ਨਾਲੇ ਵੀ ਪੈਨਸ਼ਨ ਵਧਾਵਾਂਗੇ ਇਹਨਾਂ ਦੀ। ਤੇ ਇੱਥੇ ਸਾਨੂੰ ਪੰਜ ਪਹਿਲਾਂ 5:30 ਦਾ ਦੱਸਿਆ, ਮੁੜ ਕੇ 6 ਵਜੇ ਦਾ ਦੱਸਿਆ, ਮੁੜ ਕੇ 10 ਵਜੇ ਜਾ ਤੇ ਤੇ ਫਿਰ ਇੱਥੋਂ ਲੈ ਕੇ ਬਿਠਾ ਕੇ ਕਹਿੰਦੇ ਇੱਥੇ ਤਾਂ ਬੱਸ ਨਹੀਂ ਮੁੜਨੀ ਆ, ਕਿ ਬੱਸ ਬੜੀ ਵੱਡੀ ਆ, ਤੁਸੀਂ ਰੋਡ ਤੇ ਚੱਲੋ। ਤੁਹਾਨੂੰ ਕੀ ਕਹਿ ਕੇ ਲੈ ਕੇ ਗਏ ਸੀ ਜੀ? ਵੀ ਪੈਨਸ਼ਨ ਵਧਾਵਾਂਗੇ ਤੁਹਾਡੀ, ਤੇ ਨਏ ਵੀ ਰਾਸ਼ਨ ਦਵਾਵਾਂਗੇ ਵੀ ਜਿਹੜੀਆਂ ਵਿਧਵਾ ਬੁੜੀਆਂ। ਅੱਛਾ ਜੀ। ਤੇ ਜਿਹੜੇ ਹੈਂਡੀਕੈਪ ਆ ਵੀ ਉਹਨਾਂ ਦੀ ਪੈਨਸ਼ਨ ਵਧਾਵਾਂਗੇ, ਉਹਨਾਂ ਨੂੰ ਦਾਜ ਲਈ ਪੈਸੇ ਦੇਵਾਂਗੇ। ਕੀਤਾ ਕੁਛ ਵੀ ਨਹੀਂ, ਇੱਥੋਂ ਕਹਿੰਦੇ ਕਿ ਬੱਸ ਲਿਓ, ਤੇ ਬੱਸ ਅਸੀਂ ਆਖਿਆ ਵੀ ਇੱਥੇ ਲਿਓ ਗੁਰਦੁਆਰੇ 'ਚ, ਕਹਿੰਦੇ ਵੀ ਇੱਥੇ ਤਾਂ ਬੱਸ ਹੀ ਨਹੀਂ ਆਉਣੀ, ਇਹ ਤਾਂ ਵੱਡੀ ਗਾੜੀ ਹੈ। ਤੇ ਬੀਬੀਆਂ ਨੇ ਕਿਹਾ ਵੀ ਐਡੇ ਐਡੇ ਵੱਡੇ ਟਰੱਕ ਮੁੜ ਜਾਂਦੇ ਆ, ਤੇ ਬੱਸ ਕਿੰਨੀ ਕੁ ਵੱਡੀ ਹੋਊਗੀ? ਕਹਿੰਦੇ ਨਹੀਂ ਰੋਡ 'ਤੇ ਚੱਲੋ, ਅੱਧੇ ਕੁ ਭੱਜ ਕੇ ਚਲੇ ਗਏ ਉੱਥੇ, ਅਤੇ ਉਹ ਭਾ ਕੇ ਅਤੇ ਉੱਥੇ ਲੈ ਗਏ ਚੌਂਕ 'ਚ। ਜਦੋਂ ਚੌਂਕ 'ਚ ਗਏ ਤਾਂ ਉੱਥੇ ਉਹ ਗੋਲੀਆਂ ਲੈਣ ਲੱਗ ਗਏ, ਇੰਨੀਆਂ ਇੰਨੀਆਂ ਉਹਨਾਂ ਨੇ ਗੋਲੀਆਂ ਲਈਆਂ, ਅਤੇ ਮੁੜ ਕੇ ਡਰਾਈਵਰ ਨੂੰ ਫੋਨ ਆ ਗਿਆ। ਗੋਲੀਆਂ ਕਿਹੜੀਆਂ ਜੀ? ਪਤਾ ਨਹੀਂ, ਹੁਣ ਨਸ਼ੇ ਵਾਲੇ ਆ ਕਿ ਕਿਹੜੀਆਂ, ਉਹ ਤਾਂ ਉਹਨਾਂ ਨੂੰ ਪਤਾ। ਅੱਛਾ ਜੀ, ਉਹ ਦਿੱਤੀਆਂ ਵੀ ਤੁਹਾਨੂੰ? ਨਹੀਂ, ਹਜੇ ਕੁਛ ਨਹੀਂ ਕੀਤਾ ਹੈਗਾ। ਜਦੋਂ ਉਹ ਡਰਾਈਵਰ ਨੂੰ ਫੋਨ ਆਇਆ ਅਤੇ ਉਹ ਮਗਰ ਬੀਬੀਆਂ ਬੈਠੀਆਂ ਸੀ, ਕਹਿੰਦਾ ਕਿ ਵੀ ਅਸੀਂ ਤਾਂ ਚੱਲੇ ਧਰਨੇ 'ਤੇ, ਉਹ ਬੀਬੀਆਂ ਨੇ ਰੌਲਾ ਪਾ ਤਾ ਉੱਤਰ ਖੜੀਆਂ ਸਾਰੇ। ਨਹੀਂ, ਇਹ ਭਾਜਪਾ ਦੀ ਰੈਲੀ 'ਚ ਚੱਲੇ ਸੀਗੇ ਜੀ? ਪਤਾ ਨਹੀਂ ਕਾਹਦੇ ਚੱਲ ਚੱਲੇ ਸੀ, ਸਾਨੂੰ ਸਮਝ ਹੀ ਨਹੀਂ ਆਈ ਗਈ ਇੱਥੋਂ ਲੈ ਕੇ। ਜਦੋਂ ਉਹ ਕਹਿੰਦੇ ਵੀ ਨਾਰੇ ਲਾਓ, ਤੇ ਨਾਰੇ ਕਿਸੇ ਨੇ ਲਾਏ ਨਹੀਂ ਗਏ, ਤੇ ਨਾਰੇ ਕੀ ਕਹਿੰਦੇ ਸੀ ਲਾਉਣ ਨੂੰ? ਆਹੀ ਬਸ ਜਿਹੜੇ ਉਹਦੇ ਮੋਦੀ ਦੇ। ਅੱਛਾ ਅੱਛਾ, ਫਿਰ ਮੋਦੀ ਵਾਲੇ। ਹਾਂਜੀ ਹਾਂਜੀ, ਨਹੀਂ ਕੋਈ ਸਰਕਾਰੀ ਮੁਲਾਜ਼ਮ ਆਏ ਸੀ ਕਿ ਇੱਥੇ ਪਾਰਟੀ ਦੇ ਬੰਦੇ ਸੀਗੇ? ਸ਼ੁਭ ਨਾਮ? ਮੇਰਾ ਨਾਮ ਕੈਪਟਨ ਵਿਕਰ ਸਿੰਘ। ਕੈਪਟਨ ਸਾਹਿਬ, ਪਿੰਡ ਦੁਨੇ ਕੇ ਜੀ, ਇਹ ਜਿਹੜਾ ਅੱਜ ਪਿੰਡ ਵਾਸੀਆਂ ਨਾਲ ਇਹ ਹਾਦਸਾ ਹੋਇਆ ਕੋਈ ਧੋਖਾ ਧੜੀ ਦਾ, ਤੇ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ? ਇਹਦੇ ਬਾਰੇ ਇਹ ਹੈ ਜੀ ਕਿ ਅਸੀਂ ਸਾਨੂੰ ਸ਼ਾਮ ਨੂੰ ਹੀ ਪਤਾ ਲੱਗਿਆ ਸੀ ਕਿ ਕੱਲ੍ਹ ਜੋ ਹੈ ਕੁਛ ਹੈਂਡੀਕੈਪਡ ਅਤੇ ਕੁਛ ਵਿਧਵਾ ਔਰਤਾਂ ਨੂੰ ਇਹਨਾਂ ਨੇ ਚੰਡੀਗੜ੍ਹ ਲਿਜਾਣਾ ਹੈ, ਜਿਹਦੇ ਖਾਤਰ ਇਹਨਾਂ ਨੂੰ ਸੁਵਿਧਾਵਾਂ ਦੇਣੀਆਂ ਹੈ, ਜੇ ਰਾਸ਼ਨ ਦੀ ਸੁਵਿਧਾ ਹੈ ਜਾਂ ਦੂਸਰੀ ਜੋ ਪੈਨਸ਼ਨਾਂ ਦੀ ਸੁਵਿਧਾ ਹੈਗੀ। ਅਤੇ ਇਸ ਕਰਕੇ ਗੁਰਦੁਆਰੇ 'ਚੋਂ ਅਨਾਊਂਸਮੈਂਟ ਹੋਈ ਅਤੇ ਲੋਕ ਜੋ ਹੈ ਸਵੇਰੇ 6 ਵਜੇ ਇੱਥੇ ਸਾਰੇ ਇਕੱਠੇ ਹੋ ਗਏ, ਤਕਰੀਬਨ ਸਾਰ 9:15 ਵਜੇ ਮੈਂ ਵੀ ਇੱਥੇ ਮੱਥਾ ਟੇਕਣ ਆਇਆ ਗੁਰਦੁਆਰਾ ਸਾਹਿਬ, ਤੋ ਆ ਕੇ ਦੇਖਿਆ ਅਤੇ ਰਸ਼ ਕਾਫੀ ਹੈ। ਅਤੇ ਇੱਥੇ ਇੱਕ ਆਦਮੀ ਸੀਗਾ, ਇੱਕ ਆਦਮੀ ਸੀ ਉਹਦੇ ਇੱਥੇ ਕਮਲ ਦਾ ਫੁੱਲ ਵੀ ਲੱਗਿਆ ਹੋਇਆ ਸੀਗਾ, ਔਰ ਉਹਨੇ ਸਾਨੂੰ ਨਾਂ ਦੱਸਿਆ ਸੀ, ਉਹਨੂੰ ਪੁੱਛਿਆ ਵੀ ਤੁਸੀਂ ਇਹ ਜਿਹੜਾ ਲੇਡੀਜ਼ ਨੂੰ ਲਿਜਾ ਰਹੇ ਹੋ ਇਹਦਾ ਕੀ ਬੇਸ ਆ ਔਰ ਤੁਸੀਂ ਕੌਣ ਹੈ? ਉਹਨਾਂ ਨੇ ਕਿਹਾ ਜੀ ਸਾਡੀ ਜਿਹੜੀ ਸੰਸਥਾ ਹੈ ਮੁਸਕਾਨ ਏਜੰਸੀ ਹੈ, ਕੋਈ ਮੁਸਕਾਨ ਸੰਸਥਾ ਹੈ, ਅਸੀਂ ਉਹ ਤੋਂ ਬਿਲੋਂਗ ਕਰਦੇ ਹਾਂ। ਅਤੇ ਮੈਂ ਉਹਨੂੰ ਪੁੱਛਿਆ ਵੀ ਇਹਦਾ ਕੀ ਮਹੱਤਵ ਹੈ, ਤੁਸੀਂ ਕੀ ਕਰ ਦੇਣਾ ਚਾਹੁੰਦੇ ਉਹਨਾਂ ਨੂੰ? ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਚੰਡੀਗੜ੍ਹ ਲਿਜਾਣਾ, ਅਤੇ ਅਸੀਂ ਇੱਥੋਂ ਜੋ ਇਹਨਾਂ ਨੂੰ ਨਾਲੇ ਤਾਂ ਸੁਵਿਧਾਵਾਂ ਦੇਵਾਂਗੇ ਪੈਨਸ਼ਨਾਂ ਦੀਆਂ, ਅਤੇ ਨਾਲੇ ਇਹਨਾਂ ਨੂੰ ਰਾਸ਼ਨ ਦੀ ਫ੍ਰੀ ਰਾਸ਼ਨ ਦੇਣ ਦਾ ਬੰਦੋਬਸਤ ਕਰਾਂਗੇ।
ਤੇ ਮੈਂ ਕਿਹਾ ਵੀ ਤੁਸੀਂ ਤੁਹਾਡੀ ਕੋਈ ਕੀ ਕਨਵੀਨੈਂਸ ਕੀ ਹੈ ਤੁਹਾਡਾ ਕਹਿੰਦੇ ਜੀ ਬੱਸ ਆ ਰਹੀ ਹੈ ਇੰਨੇ 'ਚ ਬੱਸ ਆ ਗਈ ਅਤੇ ਇਹਨਾਂ ਨੂੰ ਸਾਰਿਆਂ ਨੂੰ ਉਹ ਲਿਜਾ ਕੇ ਉੱਥੇ ਹਾਈਵੇ 'ਤੇ ਲੈ ਗਏ ਆ ਉੱਥੇ ਹਾਈਵੇ 'ਤੇ ਜਦੋਂ ਤੱਕ ਅਸੀਂ ਪਹੁੰਚੀਏ ਤਦ ਤੱਕ ਇਹ ਸਾਰੇ ਦੇ ਸਾਰੇ ਜੋ ਬੱਸ 'ਚ ਬੈਠ ਕੇ ਅਤੇ ਰਵਾਨਾ ਹੋ ਗਏ ਆ ਉਦੋਂ ਬਾਅਦ ਜਿਹੜੇ ਉੱਥੋਂ ਲੇਡੀਜ਼ ਵਾਪਸ ਆਈਆਂ ਉਹਨਾਂ ਨਾਲ ਮੈਂ ਪੁੱਛਿਆ ਵੀ ਭਾਈ ਤੁਸੀਂ ਵਾਪਸ ਕਿਉਂ ਆ ਗਏ ਉਹਨਾਂ ਨੇ ਦੱਸਿਆ ਵੀ ਸਦੋਂ ਅਸੀਂ ਬੱਸ ਸਟੈਂਡ 'ਤੇ ਪਹੁੰਚੇ ਹਾਂ ਅਤੇ ਉੱਥੇ ਉਹਨਾਂ ਨੇ ਕੁਛ ਨਾਅਰੇ ਲਾਉਣੇ ਸ਼ੁਰੂ ਕੀਤੇ ਹੈ ਬੀਜੇਪੀ ਦੇ ਔਰ ਉਸ ਤੋਂ ਬਾਅਦ ਇੱਕ ਬੰਦਾ ਉਤਰਿਆ ਉਹਨਾਂ ਦਾ ਜੋ ਹੈ ਕੋਈ ਕਹਿੰਦੇ ਵੀ ਮੈਡੀਸਨ ਸੀ ਕੋਈ ਗੋਲੀਆਂ ਸੀ ਸ਼ਾਇਦ ਗੋਡ ਨੋਸ ਕਿਹੜੀ ਗੋਲੀਆਂ ਸੀ ਉਹ ਫਿਰ ਉਹਨਾਂ ਨੇ ਜਦੋਂ ਨਾਅਰੇ ਲਾਏ ਅਤੇ ਇਹਨਾਂ ਔਰਤਾਂ ਨੇ ਕੋਈ ਜਵਾਬ ਨਾ ਦਿੱਤਾ ਅਤੇ ਇਸ ਇਹਨਾਂ ਨੂੰ ਸ਼ੱਕ ਪੈ ਗਿਆ ਵੀ ਸਾਨੂੰ ਜੋ ਹੈ ਧੋਖੇ ਧੜੀ ਦੇ ਨਾਲ ਕਿਤੇ ਲਿਜਾਇਆ ਜਾ ਰਿਹਾ ਇਹ ਸਾਰੀਆਂ ਔਰਤਾਂ ਔਰ ਹੈਂਡੀਕੈਪ ਜਿਹੜੇ ਸੀ ਉਹ ਵਾਪਸ ਉਤਰੇ ਵਾਪਸ ਉਤਰ ਕੇ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਾਨੂੰ ਦੱਸੋ ਕਿੱਥੇ ਲਿਜਾ ਰਹੇ ਹਾਂ ਅਤੇ ਉਹ ਕਹਿੰਦੇ ਵੀ ਚਲੋ ਚਲੋ ਇਹ ਨਹੀਂ ਜਿਹਨਾਂ ਨੇ ਨਹੀਂ ਬਹਿਣਾ ਨਾ ਬਹਿਣ ਅਤੇ ਉਹ ਆਪਦੀ ਬੱਸ ਭਜਾ ਕੇ ਲੈ ਗਏ ਇਹ ਜੋ ਵੀ ਕਾਂਡ ਹੋਇਆ ਸਰ ਇਹਦੇ ਵਿੱਚ ਟੋਟਲੀ ਧੋਖਾ ਧੜੀ ਹੈ ਉਹ ਗੋਲੀਆਂ ਵੀ ਖਾਧੀਆਂ ਗੋਲੀਆਂ ਵੀ ਉਹਨਾਂ ਨੇ ਲਈਆਂ ਅਤੇ ਨਾਲ ਵਿਧਵਾ ਔਰਤਾਂ ਸੀ ਇਹ ਕਹਾਣੀ ਜੇ ਸੋਚੀਏ ਤਾਂ ਕਿੱਥੇ ਜਾ ਰਹੀ ਹੈ ਦੂਸਰੀ ਚੀਜ਼ ਅਗਰ ਉਹ ਇੱਥੋਂ ਲਗਾਏ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਅੱਜ ਜੋ ਬੀਜੇਪੀ ਨੇ ਸੰਸਦ ਘੇਰਨਾ ਹੈ ਅਤੇ ਜਦੋਂ ਸੰਸਦ ਘੇਰਨਾ ਹੈ ਅਤੇ ਇਹਨਾਂ ਨੂੰ ਵਿਧਵਾ ਔਰਤ ਅਤੇ ਹੈਂਡੀਕੈਪਡ ਇਹ ਉੱਥੇ ਜਾ ਕੇ ਸੰਸਦ ਘੇਰਨਗੇ ਜੇ ਸੰਸਦ ਘੇਰਨਗੇ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਉੱਥੇ ਵਾਟਰ ਕੈਨ ਚੱਲਣੇ ਆ ਉੱਥੇ ਗੋਲੇ ਜੋ ਹੈ ਅਥਰੂ ਗੈਸ ਦੇ ਚੱਲਣੇ ਆ ਇਹਨਾਂ ਨੂੰ ਮਰਵਾਉਣ ਲਿਜਾਉਣ ਵਾਸਤੇ ਗਏ ਸੀ ਮਰਵਾਉਣ ਵਾਸਤੇ ਲਿਜਾਉਣ ਗਏ ਸੀ ਇਹਨਾਂ ਚੀਜ਼ਾਂ ਨੂੰ ਸਰ ਗੌਰ ਕਰਨੀ ਪਊਗੀ ਦੇਖਣਾ ਪਊਗਾ ਇਹ ਸਾਰਾ ਜਿਹੜਾ ਮੈਂ ਉਹ ਬੰਦੇ ਦਾ ਨਾਂ ਪੁੱਛਿਆ ਉਹਨੇ ਨਾਂ ਇੰਦਰਜੀਤ ਦੱਸਿਆ ਆਪਣਾ ਸਾਨੂੰ ਅਤੇ ਇਸ ਚੀਜ਼ ਨੂੰ ਮੈਂ ਇੱਥੇ ਕਹਿਣਾ ਚਾਹੁੰਦਾ ਵੀ ਜੇ ਸਾਡੇ ਵੀ ਲੋਕਾਂ ਦੇ ਵਿੱਚ ਕਮੀ ਹੈ ਮੈਂ ਬਿਲਕੁਲ ਸਾਫ਼ ਸ਼ਬਦਾਂ 'ਚ ਕਹਿੰਦਾ ਕੋਈ 10 ਰੁਪਈਏ ਦਿੰਦਾ ਹੈ ਅਤੇ ਉਹਦੇ ਪਿੱਛੇ ਸਾਰੇ ਆਪਾਂ ਜੋ ਹੈ ਢੇਰ ਲਾ ਕੇ ਚੱਲ ਜਾਂਦੇ ਹਾਂ ਇਹਨਾਂ ਚੀਜ਼ਾਂ ਨੂੰ ਸਾਨੂੰ ਗੌਰ ਕਰਨੀ ਪਊਗੀ ਅਸੀਂ ਦੇਖਣਾ ਸਾਨੂੰ ਦੇਖਣਾ ਪਊਗਾ ਇਹ ਗੌਰਮੈਂਟ ਨੇ ਸਾਨੂੰ ਫ੍ਰੀ ਦਾ ਰਾਸ਼ਨ ਦੇ ਕੇ ਫ੍ਰੀ ਦੇ ਚੀਜ਼ਾਂ ਦੇ ਕੇ ਸਾਨੂੰ ਭਿਖਾਰੀ ਬਣਾਤਾ ਇਹਨਾਂ ਚੀਜ਼ਾਂ ਨੂੰ ਸਾਨੂੰ ਆਪ ਗੌਰ ਕਰਨੀ ਪਊਗੀ ਜਿੰਨਾ ਚਿਰ ਅਸੀਂ ਆਪ ਨਹੀਂ ਨਾ ਜਾਗਦੇ ਉਨਾ ਚਿਰ ਸਰਕਾਰਾਂ ਸਾਨੂੰ ਐਂ ਲੁੱਟਦੀਆਂ ਰਹਿਣਗੀਆਂ ਥੈਂਕ ਯੂ ਸਰ ਪੰਜਾਬ ਦੇ ਲੋਕੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਦੇ ਜਿਹੜੇ ਉਹਨਾਂ ਦੇ ਮਨਸੂਬੇ ਆ ਉਹਨਾਂ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਪਤਾ ਕਿ ਬੀਜੇਪੀ ਦਾ ਆਧਾਰ ਝੂਠ ਤੇ ਫਰੇਬਾਂ ਤੇ ਟਿਕਿਆ ਹੋਇਆ ਇਸ ਦੀ ਤਾਜ਼ਾ ਉਦਾਹਰਣ ਮੇਰੇ ਹਲਕੇ ਮੋਗਾ ਦੇ ਵਿਖੇ ਪਿੰਡ ਦੁੰਨੇਕਾ ਤੋਂ ਦੇਖਣ ਨੂੰ ਮਿਲੀ ਜਿੱਥੇ ਇਹਨਾਂ ਨੇ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਵਾਈ ਕਿ ਅਸੀਂ ਪੈਨਸ਼ਨਾਂ ਲਗਵਾਉਣ ਦੇ ਲਈ ਵਿਧਵਾਵਾਂ ਨੂੰ ਤੇ ਹੈਂਡੀਕੈਪ ਲੋਕਾਂ ਨੂੰ ਜਿਹੜਾ ਚੰਡੀਗੜ੍ਹ ਲੈ ਕੇ ਜਾ ਰਹੇ ਹਾਂ ਉੱਥੇ ਤੁਹਾਡੀਆਂ ਪੈਨਸ਼ਨਾਂ ਵਧਾਈਆਂ ਜਾਣਗੀਆਂ ਜਦੋਂ ਉਹ ਲੋਕੀ ਭੋਲੇ ਭਾਲੇ ਲੋਕੀ ਅੱਜ ਮੋਗੇ ਬੀਜੇਪੀ ਦੇ ਇਹਨਾਂ ਨੇ ਬੱਸਾਂ ਦਫ਼ਤਰ ਦੇ ਮੂਹਰੇ ਖੜਾਈਆਂ ਆ ਕੇ ਤੇ ਬੀਜੇਪੀ ਜਿੰਦਾਬਾਦ ਦੇ ਜਿਹੜੇ ਹੈਗੇ ਆ ਨਾਰੇ ਲਗਾਉਣ ਲਈ ਕਿਹਾ ਤਾਂ ਲੋਕੀ ਬੱਸਾਂ 'ਚੋਂ ਉਤਰ ਕੇ ਬੀਜੇਪੀ ਦੇ ਮੁਰਦਾਬਾਦ ਦੇ ਨਾਰੇ ਲਗਾਉਣ ਲੱਗੇ ਕਿਉਂਕਿ ਸਾਡੇ ਪੰਜਾਬੀਆਂ ਨੂੰ ਪਤਾ ਉਹ ਬੀਜੇਪੀ ਨੂੰ ਕਦੇ ਵੀ ਪੰਜਾਬ ਦੇ ਵਿੱਚ ਅਸੈਪਟ ਨਹੀਂ ਕਰਨਗੇ ਇਸ ਦੀ ਤਾਜ਼ਾ ਉਦਾਹਰਣ ਅੱਜ ਮੇਰੇ ਮੋਗਾ ਜ਼ਿਲ੍ਹੇ ਵਿਖੇ ਦੇਖਣ ਨੂੰ ਮਿਲੀ